Hello, good morning. Thank you, Jesus, hallelujah. ਸਾਰਿਆਂ ਨੂੰ ਜੈਮਸੀ ਦੀ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਮਿਲਣ। ਤੁਸੀਂ ਸਾਰੇ ਪਰਮੇਸ਼ਵਰ ਦੀ ਕਿਰਪਾ ਨੂੰ ਲਵੋ ਅਤੇ ਆਓ ਫਿਰ ਤੋਂ ਰੋਜ਼ ਦੇ ਵਾਂਗ ਅੱਜ ਫਿਰ ਤੋਂ ਆਪਾਂ ਪ੍ਰਾਰਥਨਾ ਦੇ ਨਾਲ ਦਿਨ ਦੀ ਸ਼ੁਰੂਆਤ ਕਰੀਏ। ਸੱਚਮੁੱਚ ਸਾਡਾ ਪਰਮੇਸ਼ਵਰ ਭਲਾ ਪਰਮੇਸ਼ਵਰ ਹੈ। ਅਰ ਵਚਨ ਦੇ ਵਿੱਚ ਲਿਖਿਆ, ਚੱਖੋ ਅਤੇ ਵੇਖੋ ਯਹੋਵਾ ਭਲਾ ਹੈ। ਅਰ ਮੈਂ ਦਿਲ ਤੋਂ ਯਕੀਨ ਕਰਦੀ ਹਾਂ ਕਿ ਸੱਚਮੁੱਚ ਪਰਮੇਸ਼ਵਰ ਜੀ ਭਲਾਈਆਂ ਕਰਨ ਵਾਲੇ ਪਰਮੇਸ਼ਵਰ ਆ। ਅਰ ਮੈਂ ਆਪਣੀ ਲਾਈਫ ਦੇ ਵਿੱਚ ਜਿੰਨੇ ਵੀ ਮੇਰੇ ਤਜ਼ਰਬੇ ਆ, ਮੈਂ ਆਪਣੀ ਲਾਈਫ ਦੇ ਵਿੱਚ ਪਰਮੇਸ਼ਵਰ ਦੀ ਗੁੱਡਨੈਸ ਨੂੰ ਦੇਖਿਆ, ਪਰਮੇਸ਼ਵਰ ਦੀ ਚੰਗਿਆਈ ਨੂੰ ਦੇਖਿਆ, ਪਰਮੇਸ਼ਵਰ ਦੀ ਗ੍ਰੇਟਨੈਸ ਨੂੰ ਦੇਖਿਆ ਆ। ਜਿਹੜੇ ਵੀ ਪਰਮੇਸ਼ਵਰ ਦੇ ਉੱਤੇ ਈਮਾਨ ਰੱਖਦੇ ਆ, ਜਿਹੜਾ ਵੀ ਬੰਦਾ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦਾ, ਪ੍ਰਭੂ ਜੀ ਕਦੀ 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 ਵੀ ਉਸ ਨੂੰ ਸ਼ਰਮਿੰਦਾ ਨਹੀਂ ਹੋਣ ਦਿੰਦੇ, ਕਦੀ ਵੀ ਉਹਨੂੰ ਸ਼ਰਮਿੰਦਾ ਨਹੀਂ ਹੋਣ ਦਿੰਦੇ। ਤੇ ਮੇਰੇ ਭੈਣੋ ਭਰਾਓ, ਮੈਂ ਤੁਹਾਨੂੰ ਅੱਜ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਆਪਣੇ ਈਮਾਨ ਨੂੰ ਮਜ਼ਬੂਤ ਕਰੋ, ਆਪਣੇ ਭਰੋਸੇ ਨੂੰ ਵੱਡਾ ਕਰੋ ਪਰਮੇਸ਼ਵਰ ਦੇ ਉੱਤੇ, ਕਿਉਂਕਿ ਸਿਰਫ ਤੇ ਸਿਰਫ ਪਰਮੇਸ਼ਵਰ ਜੀ ਹੀ ਆ ਜੋ ਵਫ਼ਾਦਾਰ ਆ, ਔਰ ਜੋ ਸੱਚਮੁੱਚ ਆਪਣੇ ਪ੍ਰੋਮਿਸਿਸ ਨੂੰ ਪੂਰਾ ਕਰਦੇ, ਆਪਣੇ ਵਾਅਦਿਆਂ ਨੂੰ ਪੂਰਾ ਕਰਦੇ ਆ। ਤੁਸੀਂ ਇੱਕ ਵਾਰੀ ਦਿਲ ਤੋਂ ਈਮਾਨ ਰੱਖ ਕੇ ਦੇਖੋ ਪਰਮੇਸ਼ਵਰ ਦੇ ਉੱਤੇ। ਤੁਸੀਂ ਅੱਜ ਪਰਮੇਸ਼ਵਰ ਦੇ ਨਾਲ ਇਮਾਨਦਾਰੀ ਦੇ ਨਾਲ ਚੱਲਣਾ ਸ਼ੁਰੂ ਕਰੋ, ਔਰ ਤੁਸੀਂ ਪਰਮੇਸ਼ਵਰ ਦੇ ਅਨੁਗ੍ਰਹਿ ਨੂੰ, ਪਰਮੇਸ਼ਵਰ ਦੀ ਕਿਰਪਾ ਨੂੰ ਬਹੁਤਾਇਤ ਦੇ ਨਾਲ ਆਪਣੇ ਜੀਵਨ ਦੇ ਵਿੱਚ ਦੇਖੋਗੇ, ਔਰ ਸੱਚਮੁੱਚ ਤੁਸੀਂ ਦੇਖੋਗੇ ਕਿੱਦਾਂ ਪਰਮੇਸ਼ਵਰ ਨੇ ਵੰਡਰਫੁਲ ਤਰੀਕੇ ਦੇ ਨਾਲ ਪ੍ਰਭੂ ਜੀ ਨੇ ਤੁਹਾਡੇ ਜੀਵਨ ਦੇ ਵਿੱਚ ਨਵੇਂ ਰਸਤੇ ਖੋਲ੍ਹੇ, ਕਿੱਦਾਂ ਪਰਮੇਸ਼ਵਰ ਨੇ ਤੁਹਾਡੇ ਲਈ ਡਿਵਾਈਨ ਹੈਲਪਰਸ ਨੂੰ ਖੜੇ ਕਰ ਦਿੱਤਾ, ਔਰ ਕਿਸ ਤਰੀਕੇ ਦੇ ਨਾਲ ਪਰਮੇਸ਼ਵਰ ਜੀ ਤੁਹਾਡੇ ਜੀਵਨ ਦੇ ਵਿੱਚ ਇੰਤਜ਼ਾਮ ਕਰ ਰਹੇ ਆ। ਸਿਰਫ ਸਾਨੂੰ ਵਫ਼ਾਦਾਰੀ ਵਿੱਚ ਆਉਣ ਦੀ ਜ਼ਰੂਰਤ ਆ, ਸਾਨੂੰ ਆਪਣੇ ਈਮਾਨ ਨੂੰ, ਆਪਣੇ ਭਰੋਸੇ ਨੂੰ ਪਰਮੇਸ਼ਵਰ ਦੇ ਉੱਤੇ ਮਜ਼ਬੂਤ ਕਰਨ ਦੀ ਜ਼ਰੂਰਤ ਆ ਆਪਣੇ ਜੀਵਨ ਦੇ ਵਿੱਚੋਂ। ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦੀ, ਆਪਣੇ ਜੀਵਨ ਦੇ ਵਿੱਚੋਂ ਇਮਪੋਸੀਬਲ ਵਰਡ ਨੂੰ ਖਤਮ ਕਰ ਦਿਓ, ਕੱਢ ਦਿਓ, ਕਿਉਂਕਿ ਜਿਹੜਾ ਅਸੰਭਵ ਸ਼ਬਦ ਆ ਇਹ ਸਿਰਫ ਮੂਰਖਾਂ ਦੀ ਡਿਕਸ਼ਨਰੀ ਦੇ ਵਿੱਚ ਪਾਇਆ ਜਾਂਦਾ ਆ, ਵਿਸ਼ਵਾਸੀਆਂ ਦੀ ਡਿਕਸ਼ਨਰੀ ਦੇ ਵਿੱਚ ਇਮਪੋਸੀਬਲ ਵਰਡ ਜਿਹੜਾ ਆ ਉਹ ਕਦੀ ਨਹੀਂ ਪਾਇਆ ਜਾਂਦਾ, ਕਿਉਂਕਿ ਐਵਰੀਥਿੰਗ ਇਜ਼ ਪੋਸੀਬਲ ਇਨ ਦਾ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ, ਐਵਰੀਥਿੰਗ ਇਜ਼ ਪੋਸੀਬਲ ਫੋਰ ਲਾਰਡ ਗੋਡ ਆਲ ਮਾਈਟੀ। ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਸਭ ਕੁਛ ਸੰਭਵ ਆ, ਔਰ ਮੇਰੇ ਪਰਮੇਸ਼ਵਰ ਦੇ ਲਈ, ਉਹ ਮਹਾਨ ਪਰਮੇਸ਼ਵਰ ਦੇ ਲਈ ਸਾਰਾ ਕੁਛ ਸੰਭਵ ਆ, ਉਹ ਸਭ ਕੁਛ ਕਰਨ ਦੇ ਯੋਗ ਪਰਮੇਸ਼ਵਰ ਆ। ਤੇ ਮੈਂ ਯਕੀਨ ਕਰਦੀ ਹਾਂ ਕਿ ਅੱਜ ਤੁਸੀਂ ਜ਼ਰੂਰ ਆਪਣਾ ਈਮਾਨ ਜਿਹੜਾ ਆ ਉਹ ਵਧਾ ਰਹੇ ਹੋ ਪਰਮੇਸ਼ਵਰ ਦੇ ਉੱਤੇ, ਅੱਜ ਤੁਸੀਂ ਜ਼ਰੂਰ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰੋਗੇ, ਔਰ ਪਰਮੇਸ਼ਵਰ ਜੀ ਦੀ ਭਲਿਆਈ ਨੂੰ ਦੇਖੋਗੇ। ਸੋ ਅੱਜ ਦਾ ਵਰਡ ਤੁਹਾਡੇ ਲਈ ਇਹੀ ਆ, ਚੱਖੋ ਤੇ ਵੇਖੋ ਯਹੋਵਾ ਭਲਾ ਹੈ। ਹਾਲੇਲੂਇਆ। ਸੋ ਕਮ ਆਨ, ਲੈਟਸ ਪ੍ਰੇ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾਵਨ ਖੁਦਾ ਜੀ। ਪਿਆਰੇ ਪ੍ਰਭੂ, ਅਸੀਂ ਬਹੁਤ ਸ਼ੁਕਰਗੁਜ਼ਾਰ ਅੱਜ ਦੇ ਦਿਨ ਦੇ ਲਈ। ਐ ਅੱਬਾ ਪਿਤਾ, ਸੈਨਾਵਾਂ ਦੇ ਯਹੋਵਾ ਪਰਮੇਸ਼ਵਰ, ਪ੍ਰਭੂ ਸਾਡੇ ਕੋਲੇ ਇੰਨੇ ਚੰਗੇ ਸ਼ਬਦ ਨਹੀਂ ਆ ਜਿੰਨੀਆਂ ਤੁਹਾਡੀਆਂ ਭਲਿਆਈਆਂ ਸਾਡੇ ਲਈ ਚੰਗੀਆਂ ਆ, ਜਿੰਨੇ ਚੰਗੇ ਪ੍ਰਭੂ ਜੀ ਤੁਸੀਂ ਆ, ਇੰਨੇ ਚੰਗੇ ਸ਼ਬਦ ਸਾਡੇ ਕੋਲ ਨਹੀਂ ਆ ਜਿੰਨਾਂ ਸ਼ਬਦਾਂ ਦੇ ਨਾਲ ਅਸੀਂ ਤੁਹਾਡੀ ਸਿਫਤ ਕਰੀਏ, ਪਰ ਫਿਰ ਵੀ ਪ੍ਰਭੂ ਜੋ ਸਾਡੇ ਮੂੰਹ ਦੇ ਸ਼ਬਦ ਆ ਉਹਨਾਂ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਸੱਚਮੁੱਚ ਪ੍ਰਭੂ ਤੁਸੀਂ ਭਲੇ ਪਰਮੇਸ਼ਵਰ ਆ, ਤੁਸੀਂ ਭਲਿਆਈਆਂ ਕਰਨ ਵਾਲੇ ਪਰਮੇਸ਼ਵਰ ਆ, ਤੁਸੀਂ ਚੰਗਿਆਈਆਂ ਕਰਨ ਵਾਲੇ ਪਰਮੇਸ਼ਵਰ ਆ। ਔਰ ਪ੍ਰਭੂ ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਮੇਰੇ ਖੁਦਾਵੰਦ ਖੁਦਾ, ਅੱਜ ਫਿਰ ਤੋਂ ਇੱਕ ਨਵਾਂ ਦਿਨ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਮੇਰੇ ਪ੍ਰਭੂ ਜੀ, ਇਹ ਤੁਹਾਡੀ ਕਿਰਪਾ ਆ ਮੇਰੇ ਪ੍ਰਭੂ, ਇਹ ਤੁਹਾਡੀ ਰਹਿਮਤ ਆ ਮੇਰੇ ਪਿਤਾ ਪਰਮੇਸ਼ਵਰ, ਕਿ ਅੱਜ ਅਸੀਂ ਜੀਂਦੇ ਹਾਂ ਤੇ ਸਾਡੇ ਸਾਹ ਚੱਲਦੇ ਆ ਮੇਰੇ ਖੁਦਾਵੰਦ ਖੁਦਾ। ਅੱਜ ਤੱਕ ਜੋ ਕੁਛ ਤੁਸੀਂ ਸਾਨੂੰ ਦਿੱਤਾ, ਜੋ ਬਰਕਤਾਂ ਸਾਨੂੰ ਦਿੱਤੀਆਂ, ਧੀਆਂ ਪੁੱਤਰ ਤੁਸੀਂ ਸਾਨੂੰ ਦਿੱਤੇ, ਅਸੀਂ ਧੰਨਵਾਦ ਕਰਦੇ ਪ੍ਰਭੂ। ਹਰ ਰੋਜ਼ ਤੁਸੀਂ ਸਾਨੂੰ ਖਾਣ ਦੇ ਲਈ ਦਿੰਨੇ ਆ ਮੇਰੇ ਪ੍ਰਭੂ, ਅਸੀਂ ਧੰਨਵਾਦ ਕਰਦੇ ਹਾਂ। ਇਹਨਾਂ ਸਰਦੀਆਂ ਦੀ ਰੁੱਤ ਦੇ ਵਿੱਚ ਵੀ ਮੇਰੇ ਪ੍ਰਭੂ ਨਿੱਘ ਲੈਣ ਦੇ ਲਈ ਵਸਤਰ ਦਿੱਤੇ ਮੇਰੇ ਪਿਤਾ ਪਰਮੇਸ਼ਵਰ, ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ। ਤੁਹਾਡੇ ਕਰਮ ਸਾਡੇ ਉੱਤੇ ਇੰਨੇ ਆ ਕਿ ਪ੍ਰਭੂ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ, ਔਰ ਇਸ ਮੂੰਹ ਦੇ ਨਾਲ ਉਹਨਾਂ ਦਾ ਵਰਣਨ ਕਰਨਾ ਇੱਕ ਛੋਟੀ ਗੱਲ ਆ ਮੇਰੇ ਖੁਦਾਵੰਦ ਖੁਦਾ। ਮੇਰੇ ਪਿਆਰੇ ਪ੍ਰਭੂ, ਸੱਚਮੁੱਚ ਮੇਰੇ ਪ੍ਰਭੂ, ਤੁਸੀਂ ਇੰਨੀਆਂ ਭਲਿਆਈਆਂ ਸਾਡੇ ਜੀਵਨ ਵਿੱਚ ਕੀਤੀਆਂ ਮੇਰੇ ਪ੍ਰਭੂ, ਕਿ ਜਦੋਂ ਅਸੀਂ ਉਹਨਾਂ ਭਲਿਆਈਆਂ ਨੂੰ ਗਿਣਦੇ ਹਾਂ ਤੇ ਮੇਰੇ ਪ੍ਰਭੂ ਤੁਹਾਡੀ ਮਹਾਨਤਾ ਸਾਡੇ ਸਾਹਮਣੇ ਨਿਖਰਦੀ ਜਾਂਦੀ ਹੈ ਮੇਰੇ ਪਿਤਾ ਪਰਮੇਸ਼ਵਰ ਜੀ।
प्रभु असीं फिर तो दिल की गहराई तो धन्नवाद करदे अज दे दिन दे लई और प्रार्थना करदे साडे जीवन दे विच साडे धीआं पुत्तरां दे जीवन दे विच साडे भैणां भरावां दे जीवन विच और साडे माता पिता दे जीवन दे विच साडे गुआंढियां दे जीवन दे विच मेरे प्रभु जी अज दा दिन बरकत दा वसीला ठहरे अज दा दिन मुबारक होए अज दा दिन तरक्की दा दिन होए अज दा दिन खुशी दा दिन होए मेरे प्रभु और मैं यकीन करदी कि अज दा दिन साडे लई उत्तम खुशियां लैके आया है अज दा दिन साडे लई उत्तम बरकतां नूं लैके आया है अज साडे लई नवे रस्ते खुल रहे है प्रभु येसु मसीह जी दे नाम दे विच अज परमेश्वर जी दा अनुग्रह साडे जीवन दे विच वध रहा है अज परमेश्वर दा मसा साडे उत्ते वध रहा है और मैं अज दे दिन दे लई बहुत धन्नवाद करदी हां ऐ मेरे खुदावन खुदा मैं प्रार्थना करदी हां मेरे पिता परमेश्वर कि अज दे दिन सानू अपने खंभां दी छां हेठ संभाल के रखो मेरे पिता परमेश्वर जी प्रभु कोई वैरी दी ताकत सानू छू ना सके मेरे खुदावन खुदा जी मेरे प्रभु पिता परमेश्वर कोई दुष्ट दी ताकत सानू भलावे विच ना पा सके प्रभु साडा ईमान ना डोले मेरे प्रभु पर असीं ईमान दे विच दिनों दिन वधदे जाइए मजबूत हुंदे जाइए मेरे पिता परमेश्वर जी ऐ मेरे खुदावन खुदा अगर साडे अंदर कुछ भी बुरियाई है मेरे पिता परमेश्वर नरमाई नाल साडा सुधार करो मेरे प्रभु क्योंकि असीं तुहाडे क्रोध दा सामना नहीं कर सकते पर तुहाडी कृपा दे नाल मेरे प्रभु सब कुछ हो सकदा है ते प्रभु अज असीं अपने आप नूं अपने जान माल धन नूं लहू मास हड्डियां नूं रूह जिस्म जान नूं सोचां नूं विचारां नूं दिल दे ख्यालां नूं मेरे खुदावन खुदा जी आप जी दे जोरावर हत्थां विच सौंपदे आं और मंगदे आं मेरे प्रभु साडे जीवन विच सिर्फ आप जी दी ही मर्जी पूरी होवे मेरे प्रभु और जिद्दा तुसीं चाहुंदे आ एग्जैक्टली उद्दां ही होवे मेरे पिता परमेश्वर जिन्हां नाल तुसीं मिलाउणा चाहुंदे उन्हां नाल मिलिए जिन्हां नालों दूर करना चाहुंदे प्रभु तुहाडा आत्मा सानूं उन्हां तों दूर करे मेरे प्रभु जी ऐ मेरे खुदावंद खुदा असीं खिच धू के तुहाडे वचन दे अनुसार मेरे पिता परमेश्वर बहुत सारिआं नूं बचाउण वाले हो जाइए मेरे पिता परमेश्वर जी तुहाडा वचन साडे जीवन दे विच जड़ फड़े मेरे पिता परमेश्वर बुराई दा साडे जीवन दे उत्ते कोई असर ना होए मेरे पिता परमेश्वर पर असीं दिनों दिन मेरे प्रभु तुहाडे वचन दे विच ढलदे जाइए तुहाडे रूप दे विच मेरे प्रभु असीं ढलदे जाइए तुहाडा रूप साडे उत्ते मेरे पिता परमेश्वर नजर आए मेरे प्रभु जी तुहाडा जलाल साडे उत्ते नजर आए मेरे पिता परमेश्वर जी और तुहाडा कृपा वाला हथ साडे नाल नजर आए मेरे पिता परमेश्वर ऐ मेरे खुदावन खुदा दिल दी गहराई तो धन्नवाद कर दे प्रभु साडियां धीआं पुत्तरां दे उत्ते कृपा करो मेरे प्रभु हर पाप गुनाह ते वैरी दी हर चाल तो उन्हां नूं बचा के रखना जादू टोणे दीआं शक्तियां तो अपने लोकां नूं डिलीवर करो मेरे पिता परमेश्वर जी मेरे प्यारे प्रभु असीं प्रार्थना करदे आं कि साडियां आउण वालियां नस्लां वी मेरे पिता परमेश्वर तुहाडे विच मजबूत होण जड़ फड़न और मेरे प्रभु पिता परमेश्वर सचमुच तुहाडे ही कम्मां दे लई इस्तेमाल कीतियां जाण मेरे पिता परमेश्वर मेरे खुदावंद खुदा साडे कारोबार नूं ब्लैस करो मेरे पिता परमेश्वर जी मेरे पिता परमेश्वर साडे खेतां नूं ब्लैस करो साडे माल डंगर नूं ब्लैस करो मेरे पिता परमेश्वर जी साडे घर विच काम करन वाले भैणां भरावां नूं ब्लैस करो साडे नाल पढ़न वालियां नूं ब्लैस करो साडे नाल जॉब करन वालियां नूं ब्लैस करो साडे आंढ गुआंढ नूं ब्लैस करो मेरे प्रभु और असीं बहुतियां दे लई अब्राहम दी न्याई ब्लैसिंग दा वसीला बणीए मेरे पिता परमेश्वर जी प्रभु जी मैं प्रार्थना कर दी हां जो बीमारी दी अवस्था दे विच इस प्रार्थना नूं सुन रहे आ ओह बीमारी दे बिस्तरियां तों उठ खलोण प्रभु येसु मसीह जी दे नाम च जो दुष्ट दे बंधनां दे विच जकड़े होए आ इस प्रार्थना नूं सुनदिआं प्रभु येसु जी दे नाम दे विच आजाद हो जाण और प्रभु तुहाडी कृपा ते अनुग्रह नूं अपने जीवन दे विच देखण मेरे पिता परमेश्वर प्रभु दिल दी गहराई तों प्रार्थना कर दी हां जिन्हां दे घरां दे विच अज खाण दे लई कुछ नहीं आ ऐ मेरे स्वर्गी पिता उन्हां दे लई इंतजाम करो तुसीं इंतजामी परमेश्वर आ तुसीं यहोवा यीरे आ मुहैया करन वाले परमेश्वर आ प्रभु इन्ना दिओ कि ओह वंडन वाले बन जाण मेरे प्रभु और तुहाडी महिमा नूं समझ सकण मेरे पिता परमेश्वर जी जिन्हां दे सिरां उत्ते छत नहीं आ मेरे प्रभु उन्हां नूं मेरे प्रभु छत दिओ क्योंकि वचन च लिखिआ जेकर यहोवा ही घर ना बनावे ते बनाउण वाले दी मेहनत व्यर्थ आ ऐ मेरे खुदावन खुदा मेरे बाप आसमानी मेरे पिता जी मेरे परमेश्वर जी सेनावां दे यहोवा आओ मेरे प्रभु अपने लोकां दे उत्ते अपनी छत्र छाया नूं कायम करो मेरे पिता परमेश्वर और मेरे पिता परमेश्वर साडे दिलां दे विच राज करो और पाक रूह दे वसीले सभना गल्लां विच साडी अगवाई करो और दुनिया दे कंडे तिकर सानूं इस्तेमाल करो अपनी गवाही दे लई अपनी महिमा दे लई मेरे प्रभु साडा अज दा दिन मुबारक होए प्रभु सारी महिमा आप नूं मिले मेरे पिता परमेश्वर साडी बेनती नूं स्वीकार करो ए सारी प्रार्थना
साढ़े मुक्ति दाता प्रभु यीशु मसीह जी दे नाम च सेनावां दे यहोवा पिता परमेश्वर जी दे कोलों सब मिलके मंगदे हां आमीन आमीन आमीन। गॉड ब्लेस यू ऑल। तुसी ब्लेस्ड हां, सच्ची भरम ना करियो, तुसी ब्लेस्ड हां, तुसी बरकत पाए हुए लोग हां, तुसी आशीष पाए हुए लोग हां। परमेश्वर दा अनुग्रह बहुतायत दे नाल तुहाडे उत्ते आ, परमेश्वर दा फजल तुहाडे उत्ते आ, और परमेश्वर तुहाडे लई सब इंतजाम कर रहे आ। यकीन रखो परमेश्वर जी इंतजामी परमेश्वर, अपने धियां पुत्रां नूं कदी किसे चंगी चीज दी थोड़ नहीं आउण दिंदे। शेर दे बच्चिआं नूं तां वचन दे विच लिखा घाटा पै सकदा, पर परमेश्वर दे तालिबां नूं, याद रखो तालिबां नूं, तालिब मीनस टू से जिहड़े परमेश्वर दे वचन दे अनुसार चलदे आ, उन्हां नूं कदी घाटा नहीं पैंदा। और परमेश्वर उन्हां नूं हर चंगी चीज दे नाल निहाल करदे आ। ओह मां नालों भी वध प्रेम करन वाले परमेश्वर आ। ऐ ना सोचो कि उन्हूं तुहाडे दुखां दा पता नहीं आ। प्रभु ने तुहानूं तुहाडे दुखां दे विच देखिआ आ, और प्रभु तुहानूं तुहाडे दुखां दे विचों कढ़ना चाहुंदे आ। इस लई अपने सारे दुखां दर्दां बोझां दे समेत परमेश्वर दी हजूरी दे विच आओ, क्योंकि वचन च लिखा हे थके मांदे ते बोझ हेठां दब्बियो मेरे कोल आओ, मैं तुहानूं आराम देंगा। मैं यकीन करदी हां अज तुहाडी शांति दा दिन आ, अज तुहाडे हर बोझ तो आजाद होण दे दिन आ, अज तुहाडा मांदगी तो आजाद होण दा दिन आ, अज तुहाडा बंधना चो बाहर निकलण दा दिन आ, और सचमुच अज तुहाडी फतेह दा दिन आ, अज तुहाडे प्रकाशमान होण दा दिन आ, चमकण दा दिन आ, क्योंकि परमेश्वर ने प्रभु येसु मसीह जी ने कहा जगत दा चानण मैं हां, ते उन्हां ने वचन दे विच इह वी सानू कहा कि जगत दा चानण तुसी आ, ते हुण तुहाडे चानण दे चमकण दा समां आ। उठो चमको, परमेश्वर दी महिमा नूं अपने उत्ते लो, और परमेश्वर दी महिमा दे लई खड़े हो जाओ। परमेश्वर दी कृपा, परमेश्वर दा अनुग्रह, परमेश्वर दा जलाल, और परमेश्वर दे हत्थ दी सुरक्षा तुहाडे नाल होए। प्रभु तुहाडे आउण जाण दे विच हर जगह ते स्वर्ग दूतां दे राहीं तुहाडी मदद करन, सहायता करन, और तुहानूं हमेशा हमेशा अपनी प्रोटेक्शन दे विच रखन, हर एक्सीडेंट तो बचा के रखन, चोरां ठगां डाकुआं तो बचा के रखन, हर नुकसान तो प्रभु जी बचाउण, हर बीमारी तो तुहानूं प्रभु जी बचाउण, बिकॉज तुसी परमेश्वर दे धीआं पुत्तर आ, और तुसी परमेश्वर तो आशीष पाए हुए लोग आ। परमेश्वर दी महिमा सदा तिकर तुहाडे जीवन दे विच बनी रहे। जय मसीह दी।